ਜੀ ਸਾਹਿਬ ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਚਾਚਾ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਆਜ਼ਮ ਹੈ ਜੀ। ਅੱਛਾ, ਮੁਹੰਮਦ ਆਜ਼ਮ ਸਾਹਿਬ ਕਿੰਨੀ ਦੇਰ ਤੋਂ ਜਾਨਵਰ ਰੱਖੇ ਤੁਸੀਂ? ਮੈਂ ਸਰ ਪਹਿਲਾਂ ਆਰਮੀ ਦੇ ਵਿੱਚ ਸਾਂ। ਠੀਕ ਹੈ। ਆਰਮੀ 'ਚੋਂ ਆ ਕੇ ਮੈਂ ਸਰ ਜੀ ਕੋਈ 18 ਸਾਲ ਹੋ ਗਏ ਨੇ ਜਾਨਵਰ ਰੱਖੇ ਨੇ। ਸਹੀ ਹੋ ਗਿਆ। ਜਾਨਵਰਾਂ ਦਾ ਜਿਹੜਾ ਸਰ ਬਹੁਤ ਅੱਛੀ ਗੱਲ ਹੈ, ਇੱਕ ਜਾਨਵਰ ਪਾਲਣੇ ਸੁਭਾਅ ਹੈ, ਉਸ ਤੋਂ ਬਾਅਦ ਇੱਕ ਇਹਦਾ ਫਾਇਦਾ ਬਹੁਤ ਹੈ। ਸੁਬਹਾ ਔਰ ਸ਼ਾਮ ਜੋ ਹੈ ਨਾ, ਐਸਾ ਫਸਲ ਜਿਹੜਾ ਕੱਟਿਆ ਜਾਂਦਾ। ਕਿਆ ਬਾਤ! ਸੁਬਹਾ ਵੀ ਔਰ ਸ਼ਾਮ ਨੂੰ ਜਿਹੜਾ ਨਾ, ਨਾਲੇ ਆਪਣੇ ਦੁੱਧ ਪੀਓ, ਨਾਲੇ ਲੋਕ ਪੀਣ ਦੇ, ਨਾਲੇ ਮੁਨਾਫਾ ਲਓ। ਸਹੀ ਹੈ। ਠੀਕ ਹੈ, ਇਹਦਾ ਇਹ ਫਾਇਦਾ। ਉਸ ਤੋਂ ਬਾਅਦ ਜਿਹੜੇ ਜਾਬ ਬਚਦੇ ਨੇ, ਉਹਨਾਂ ਦਾ ਗੋਸ਼ਤ ਹੁੰਦਾ, ਲੋਕ ਖਾਂਦੇ ਨੇ। ਠੀਕ ਹੈ, ਅੱਛੀ ਗੱਲ ਹੈ, ਲਾਲ ਗੋਸ਼ਤ ਹੁੰਦਾ ਹੈ। ਸਹੀ ਹੈ। ਹਾਂਜੀ, ਇਹਦਾ ਇਹ ਮਕਸਦ, ਨਾਲੇ ਮਾੜਾ ਬੰਦਾ ਵੀ ਕਰ ਸਕਦਾ, ਤਗੜਾ ਵੀ ਕਰ ਸਕਦਾ, ਮਾੜਾ ਵੀ ਕਰ ਸਕਦਾ। ਠੀਕ, ਇਹਦਾ ਇਹ ਬੜਾ ਫਾਇਦਾ। ਕਿਸ ਤਰ੍ਹਾਂ ਡੰਗਰ ਰੱਖਣੇ ਚਾਹੀਦੇ ਨੇ? ਡੰਗਰ ਸਾਹਿਬ ਜੀ, ਜਿਸ ਤਰ੍ਹਾਂ ਡੰਗਰਾਂ ਨੂੰ, ਜਿਸ ਤਰ੍ਹਾਂ ਉਹਨਾਂ ਦਾ ਹੱਕ ਬਣ ਦੋ, ਉਹਨਾਂ ਦਾ ਦਾਅ ਕਰੋ, ਜਿਵੇਂ ਉਹ ਤੁਹਾਡਾ ਦਾਅ ਕਰਦੇ ਨੇ, ਉਹਨਾਂ ਦਾ ਵੀ ਕਰਨਾ ਚਾਹੀਦਾ। ਉਹਨਾਂ ਨੂੰ ਟਾਈਮ ਨਾਲ ਪਾਣੀ ਪੱਠੇ ਪਾਉਣੇ ਚਾਹੀਦੇ ਨੇ, ਉਸ ਤੋਂ ਬਾਅਦ ਉਹਨਾਂ ਕੋਲ ਫਾਇਦਾ ਲੈ ਸਕਦੇ ਕੋਈ ਵੀ ਕਿਸੇ ਵੀ ਕੰਮ ਦੇ ਵਿੱਚ। ਹੋਰ ਕਿਹੜੇ ਕਿਹੜੇ ਹੱਕ ਨੇ ਜਿਹੜੇ ਦਾਅ ਕਰਨੇ ਚਾਹੀਦੇ ਨੇ? ਹੱਕ, ਟਾਈਮ ਨਾਲ ਪਾਣੀ ਡਾਓ, ਟਾਈਮ ਨਾਲ ਪੱਠੇ ਪਾਓ, ਖਲ ਵੰਡਾ ਉਹਨੂੰ ਪਾਓ ਨਾਲ, ਉਹਦਾ ਇਹ ਹੀ ਸਾਰਾ ਉਹਨਾਂ ਦਾ। ਇਹਨਾਂ ਨਾਲ ਪਿਆਰ ਕਰੋ, ਬੱਚਿਆਂ ਨਾਲ ਵੱਧ ਕੇ ਪਿਆਰ ਕਰੋ, ਤਾਂ ਤਾਂ ਡੰਗਰ ਰਹਿੰਦੇ। ਸਹੀ ਹੈ। ਹਾਂਜੀ, ਤੁਹਾਡੀ ਨਜ਼ਰ ਵਿੱਚ ਕੰਮ ਮੁਸ਼ਕਲ ਹੈ ਜਾਂ ਆਸਾਨ ਹੈ? ਇਹ ਕੰਮ ਮੁਸ਼ਕਲ ਵੀ ਹੈ ਅਤੇ ਆਸਾਨ ਵੀ ਹੈ। ਆਸਾਨ ਇਸ ਵਾਸਤੇ ਵੀ ਆਪਣੇ ਘਰ ਦਾ ਕੰਮ ਹੈ, ਕਿ ਕਿਸੇ ਬੰਦੇ ਕੁਝ ਕਹਿਣਾ ਨਹੀਂ ਉੱਠ ਕੇ, ਬਈ ਤੂੰ ਇੰਝ ਕਰ ਜਾਂ ਉਂਝ ਕਰ। ਕਿਤੇ ਤੁਸੀਂ ਦਿਹਾੜੀ ਲਾਉਣ ਜਾਣੀ ਹੈ ਜਾਂ ਕਿਤੇ ਡਿਊਟੀ ਕਰਨੀ ਹੈ, ਉੱਥੇ ਡਰ ਖਤਰਾ ਹੈ, ਇਹਦਾ ਇਹ ਕੋਈ ਨਾ। ਬਾਦਸ਼ਾਹੀ ਕੰਮ ਹੈ। ਬਾਦਸ਼ਾਹੀ ਕੰਮ ਹੈ, ਆਪਣਾ ਕੰਮ ਹੈ, ਜਿਸ ਵੇਲੇ ਦਿਲ ਕਰੇ ਕਰੋ, ਦਿਲ ਕਰੇ ਤਾਂ ਬਹਿ ਜਾਓ। ਔਰ ਤੁਸੀਂ ਕਿਹਾ ਕਿ ਦੁਨੀਆ ਦੀ ਵਾਹਦ ਫਸਲ ਹੈ ਜਿਹੜੀ ਦੋ ਵਾਰੀ ਦਿਹਾੜੀ 'ਚ ਕੱਟੀ ਜਾਂਦੀ। ਹਾਂਜੀ, ਦੋ ਵਾਰੀ। ਅੱਛਾ, ਉਹਨਾਂ ਦੱਸੋ ਕਿ ਇਹਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਫਸਲ ਲੈਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਇਹਦੀ ਖਿਦਮਤ ਕਿਸ ਤਰ੍ਹਾਂ ਕਰੀਏ? ਨਹੀਂ, ਕਿੰਨੇ ਪੱਠੇ ਪਾਉਣੇ ਚਾਹੀਦੇ ਨੇ? ਇਹਨੂੰ ਪੱਠੇ ਅੱਛੇ ਪਾਉਣੇ ਚਾਹੀਦੇ ਨੇ, ਖਲ ਵੰਡਾ ਪਾਉਣਾ ਚਾਹੀਦਾ ਅੱਛਾ, ਉਸ ਤੋਂ ਬਾਅਦ ਇਹ ਅੱਛਾ, ਅਸੀਂ ਇਹਦੇ ਨਾਲ ਅੱਛਾ ਤਾਮਨ ਕਰਾਂਗੇ, ਸਾਡੇ ਨਾਲ ਅੱਛਾ। ਅੱਜ ਕੱਲ੍ਹ ਇੱਕ ਜਾਨਵਰ 'ਤੇ ਕਿੰਨਾ ਖਰਚਾ ਆ ਰਿਹਾ? ਅੱਜ ਕੱਲ੍ਹ ਇੱਕ ਜਾਨਵਰ 'ਤੇ ਖਰਚਾ ਕਮ ਸੋ ਕਮ ਜਿਹਾ ਕੋਈ 250 ਰੁਪਈਆ ਆਉਂਦਾ ਦਿਹਾੜੀ ਦਾ। 250 ਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਿਲ ਕਰਦੇ ਹੋ? ਉਹਦੇ ਵਿੱਚ ਖਲ, ਠੀਕ ਹੈ, ਉਸ ਤੋਂ ਬਾਅਦ ਉਹਦਾ ਚਾਰਾ, ਠੀਕ ਹੈ, ਸ਼ੁਕਰ, ਠੀਕ ਹੈ ਜੀ, ਇਹ ਸਾਰਾ ਮਿਲਾ ਕੇ ਕੋਈ 250 ਰੁਪਈਆ ਜਾਂਦਾ। ਮਜ਼ਦੂਰੀ ਵੀ ਸ਼ਾਮਿਲ ਹੈ ਵਿੱਚ? ਮਜ਼ਦੂਰੀ ਵੀ ਬੰਦੇ ਦੀ ਸ਼ਾਮਿਲ, ਮਜ਼ਦੂਰੀ ਤੋਂ ਇਲਾਵਾ? ਨਹੀਂ, ਉਹਨਾਂ ਦੇ ਕਹਿ ਰਹੇ ਨੇ ਕਿ ਮਜ਼ਦੂਰੀ ਵੀ ਸ਼ਾਮਿਲ ਹੈ। ਮਜ਼ਦੂਰੀ ਵੀ ਨਾਲ ਸ਼ਾਮਿਲ ਹੈ, ਜੇ ਤਾਂ ਮਜ਼ਦੂਰੀ ਕਰਨੀ ਸੀ ਤਾਂ ਅੱਗੇ ਜਾਣਾ। ਠੀਕ ਹੋ ਗਿਆ। ਹਾਂਜੀ, ਅਤੇ 250 ਰੁਪਇਆ ਖਰਚ ਕਰਕੇ ਮੱਝ ਦੇ ਕੇ ਜਾਂਦੀ? ਮੱਝ ਸਾਹਿਬ ਜੀ ਉਹ 5 ਕਿਲੋ ਦੁੱਧ ਦਿੰਦੀ ਇੱਕ ਟਾਈਮ ਦਾ। ਅੱਛਾ, ਅਤੇ ਤੁਸੀਂ ਹਿਸਾਬ ਦਾ ਕਰ ਲਓ, 1,000-1,200 ਰੁਪਈਆ ਤੁਹਾਨੂੰ ਦੇਣ ਲਈ ਹੈ। ਅੱਛਾ, ਜੇ 250 ਰੁਪਇਆ ਤੁਸੀਂ ਖਰੇ ਛੱਡੋਗੇ ਅਤੇ ਉਹਦੇ 'ਚ ਕੋਈ ਨੁਕਸਾਨ ਨਹੀਂ ਬੰਦੇ ਦਾ। ਠੀਕ ਹੈ, ਅਤੇ ਉਹ ਸਾਰਾ ਸਾਰੀ ਉਮਰ ਉਹਨੇ ਦੁੱਧ ਦੇਣਾ ਅਤੇ ਨਹੀਂ ਨਾ? ਜੇ ਸਾਰਾ ਉਮਰ ਦੇਣਾ ਨਹੀਂ ਤਾਂ ਉਹ ਉਸ ਤੋਂ ਬਾਅਦ ਘੱਟ ਵੱਧ ਹੁੰਦਾ ਜਾਣਾ, ਤਾਂ ਉਸ ਤੋਂ ਬਾਅਦ ਫਿਰ ਉਹਨੇ ਦੇਣਾ ਹੀ ਦੇਣਾ। ਠੀਕ ਹੈ, ਬੱਚਾ ਦੇਗੀ ਉਹ ਬੱਚੇ ਦਾ ਫਾਇਦਾ ਹੋਏਗਾ। ਠੀਕ ਹੈ, ਯਾਨੀ ਜਿਹੜੇ ਦਿਨ ਨਹੀਂ ਦੇਣਾ ਉਸ ਦਿਨ ਉਹਦੇ ਵਿੱਚ ਉਹ ਬੱਚਾ ਉਹਦਾ ਸ਼ਮਾਰ। ਹਾਂਜੀ, ਬੱਚਾ ਸ਼ਮਾਰ ਹੋਏਗਾ ਇੰਦਾ ਵਾਸਤੇ, ਫਿਰ ਅੱਲਾ ਕਰਮ ਕਰੇ ਫਿਰ ਸੁਵੇਗੀ ਫਿਰ ਦੇਵੇਗੀ। ਠੀਕ ਹੈ। ਹਾਂਜੀ, ਅੱਜ ਕੱਲ੍ਹ ਮੱਝਾਂ ਜਿਹੜੀਆਂ ਅੱਛੀਆਂ ਨੇ ਉਹ ਕਿਸ ਇਲਾਕੇ 'ਚੋਂ ਮਿਲ ਰਹੀਆਂ ਨੇ? ਉਹ ਸਾਹੀਵਾਲ 'ਚੋਂ। ਉਹ ਸਹੀ ਮਿਲ ਜਾਂਦੀਆਂ ਨੇ? ਹਾਂਜੀ। ਕਿੰਨੇ ਕੁ ਦੀ ਉਸ ਦਿਨ ਮੱਝ ਮਿਲ ਜਾਂਦੀ? ਉਹ ਤਕਰੀਬਨ ਜਿਹੜੀ ਹੈ ਨਾ ਜੀ, 1.5 ਲੱਖ ਤੋਂ ਲੈ ਕੇ 2-2.5 ਲੱਖ ਤੱਕ। ਠੀਕ ਹੈ, ਜ਼ਬਰਦਸਤ, ਯਾਨੀ 1.5 ਤੋਂ ਲੈ ਕੇ 2-2.5 ਤੱਕ। ਹਾਂਜੀ। ਅੱਛਾ, ਅਤੇ ਮੱਝਾਂ ਕਿਸੇ ਨਵੇਂ ਬੰਦੇ ਸ਼ੁਰੂ ਕਰਨੀਆਂ ਹੋਣ, ਹਾਂਜੀ, ਅਤੇ ਉਹਨਾਂ ਨੂੰ ਮਤਲਬ ਕਿ ਖਾਂਗੜੀਆਂ ਮੱਝਾਂ ਤੋਂ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ, ਲੈਰੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਜਾਂ ਕੋਈ ਲੈਰੀਆਂ ਪਾ ਲੈ ਨਾਲ ਸਾਰਾ ਕੰਮ ਚੱਲਦਾ ਰਹੇ? ਠੀਕ ਹੈ, ਠੀਕ ਹੈ, ਨਾਲ ਉਹਦਾ ਵੀ ਕੰਮ ਚੱਲਦਾ ਰਹੇ, ਨਾਲ ਜਿਹੜਾ ਕੋਈ ਬੰਦਾ ਸ਼ੰਦਾ ਰੱਖੇਗਾ ਉਹਦਾ ਵੀ ਨਾਲ ਖਰਚਾ ਚੱਲਦਾ ਰਹੇ। ਠੀਕ ਹੈ, ਅਤੇ ਯਾਨੀ ਮਿਕਸ ਰੱਖਣੀਆਂ ਚਾਹੀਦੀਆਂ? ਮਿਕਸ ਰੱਖਣੀ ਚਾਹੀਦੀ ਹੈ, ਨਾਲ ਕੋਈ ਥੋੜ੍ਹੇ ਜਾ ਹੋਣ ਦੇ, ਉਹ ਫਾਇਦਾ ਫਿਰ ਉਹ ਮਾਲਕ ਨੂੰ ਹੋ ਜਾਂਦਾ। ਠੀਕ ਹੈ, ਕਮ ਅਜ਼ ਕਮ ਫਿਰ ਕਿੰਨੇ ਪੈਸਿਆਂ ਤੋਂ ਕਾਰੋਬਾਰ ਇੱਕ ਨੌਜਵਾਨ ਸ਼ੁਰੂ ਕਰ ਸਕਦਾ? ਮਤਲਬ ਬਾਹਰ ਵੀ ਤਾਂ ਜਾਂਦੇ ਨੇ, ਔਖੇ ਸੌਖੇ ਹੋ ਗਏ, 5-10 ਲੱਖ ਲੋਕ ਬਣਾ ਕੇ ਬਾਹਰ ਜਾਂਦੇ ਨੇ, ਉਧਰ ਲਾਉਂਦੇ 10-12 ਲੱਖ ਇਹ ਤਾਂ ਲਾਓ ਤਾਂ ਕੰਮ ਚੱਲ ਜਾਂਦਾ। ਕੰਮ ਚੱਲ ਜਾਂਦਾ? ਹਾਂਜੀ, ਮਤਲਬ ਸਰਕਟ ਚੱਲ ਜਾਏਗਾ? ਸਰਕਟ ਚੱਲ ਜਾਏਗਾ। ਅਤੇ 10-12 ਲੱਖ ਲਾ ਕੇ ਕਿੰਨੇ ਕੁ ਜਾਨਵਰ ਇਬਤਦਾਈ ਤੌਰ 'ਤੇ ਉਹਨੂੰ ਮਿਲ ਜਾਂਦੇ? ਹਾਂਜੀ, ਤੁਸੀਂ ਹਿਸਾਬ ਲਾ ਲਓ, 2 ਲੱਖ ਦੀ ਲਾ ਲਓ ਇੱਕ ਮੱਝ, 5 ਮਿਲ ਜਾਂਦੇ। ਹਾਂਜੀ, ਅਤੇ 5 ਮੱਝਾਂ ਵਾਸਤੇ ਕਿੰਨਾ ਕੁ ਚਾਰਾ ਹੋਣਾ ਚਾਹੀਦਾ? ਕਿੰਨੀ ਜਗ੍ਹਾ ਵਿੱਚ ਚਾਰਾ ਹੋਣਾ ਚਾਹੀਦਾ ਕਿ ਉਹਦੀ ਚਾਰਾ ਮੁੱਕੇ ਨਾ ਸਾਰਾ ਸਾਲ? ਇਹ ਸਾਰੇ 3-4 ਕਿੱਲੇ ਪੈਣੀ ਹੋਣੀ ਚਾਹੀਦੀ। 3-4 ਕਿੱਲੇ? ਹਾਂਜੀ, 3-4 ਕਿੱਲੇ। ਮੌਸਮ ਤਾਂ 2 ਹੋਣੇ ਨੇ, ਸਰਦੀਆਂ ਅਤੇ ਗਰਮੀਆਂ। ਸਰਦੀਆਂ 'ਚ ਕੀ ਬੀਜਣਾ ਹੋ ਅਤੇ ਗਰਮੀਆਂ 'ਚ ਕੀ ਬੀਜਣਾ ਸੋ? ਸਰਦੀਆਂ ਦੇ ਵਿੱਚ ਤਾਂ ਆ ਗਏ ਨਾ ਹੁਣ ਕਣਕ ਬੀਜੀ ਜਾਣੀ ਹੈ, ਕੋਈ ਸਟਾਲ ਆਏ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਉਸ ਤੋਂ ਪਹਿਲਾਂ ਜਿਹੜਾ ਨਾ ਜਵਾਰ ਹੁੰਦੀ ਹੈ, ਠੀਕ ਹੈ, ਉਹ ਪੱਠੇ ਜਿਹੜੇ ਨੇ ਉਸੇ ਪੈਲੀ 'ਚ ਚੱਲਦੇ ਰਹਿੰਦੇ। ਠੀਕ ਹੈ, ਹਾਂਜੀ, ਜੇ ਸਟਾਲਾ ਖਤਮ ਹੋਣਾ ਤਾਂ ਜਵਾਰ ਬੀਜੀ ਜਾਣੀ ਹੈ। ਠੀਕ ਹੈ, ਅਤੇ ਜਵਾਰ ਖਤਮ ਹੋਣੀ ਹੈ, ਨਾਲ ਹੀ ਮੁੰਜੀ ਲੱਗ ਜਾਏਗੀ ਉੱਧਰ, ਉਸ ਤੋਂ ਬਾਅਦ ਥੋੜ੍ਹੀ ਜਿਹੜੀ ਫਿਰ ਪੁੱਜਣ ਪੱਠੇ ਬੀਜਦੇ। ਠੀਕ ਹੈ, ਇਹ ਤਾਂ ਹਰਾ ਚਾਰਾ ਹੋ ਗਿਆ ਨਾ। ਹਾਂਜੀ, ਸਾਫ ਸਾਰੇ 5 ਜਾਨਵਰਾਂ ਨੇ ਸੁੱਕਾ ਚਾਰਾ ਵੀ ਜ਼ਰੂਰਤ ਪੈਂਦੀ ਹੈ। ਉਹ ਜਿਹੜੀ 4-5 ਕਿੱਲੇ ਪੈ ਰਹੀ ਹੈ ਨਾ,
ਅੱਛਾ ਅੱਛਾ ਅਤੇ ਇਸ ਦੇ ਨਾਲ ਫਿਰ ਵੰਡਾ ਉਹਨੂੰ ਕਿਹੜਾ ਇਸਤੇਮਾਲ ਕਰਨਾ ਚਾਹੀਦਾ ਕਿ ਜਾਨਵਰ ਦੁੱਧ ਸਹੀ ਦੇਵੇ? ਸਰ ਵੰਡਿਆ ਨਵੇਂ ਵੀ ਵੰਡੇ ਵੀ ਬਣੇ ਆ, ਬਣੇ ਬਣਾਤੇ ਵੀ ਆਉਂਦੇ ਨੇ, ਉਹ ਵੀ ਅੱਛੇ ਨੇ। ਉਸ ਤੋਂ ਬਾਅਦ ਖਾਲੇ ਜਿੰਨਾ ਕੁ ਬੰਦਾ ਕਰ, ਮਿਕਸ ਵੰਡਾ ਹੋਏ ਜਿਹੜਾ ਨਾ, ਉਹ ਮਿਕਸ ਵੰਡਾ ਜਿਹੜਾ ਨਾ ਉਹ ਅੱਛਾ ਹੈ ਅੱਜ ਕੱਲ੍ਹ ਦੇ ਜਿਹੜਾ ਦੌਰ ਆ। ਮਿਕਸ ਵੰਡਾ ਪਾਓ ਤੁਸੀਂ, ਦੇਸੀ ਵੀ ਅਤੇ ਵਲੈਤੀ? ਵਲੈਤੀ, ਹਾਂਜੀ। ਠੀਕ ਹੈ, ਅਤੇ ਰੋਜ਼ਾਨਾ ਕਿੰਨਾ ਕੁ ਪਾ ਛੱਡਣਾ ਚਾਹੀਦਾ? ਇਹ ਸਰ ਡੰਗਰ ਦਾ ਹਿਸਾਬ ਤਾਂ ਲਾ ਕੇ ਜਿੰਨਾ ਕੁ ਪਚਾ ਸਕਦਾ ਇੱਕ ਬੰਦਾ, ਜਾਂ ਜਿਸ ਤਰ੍ਹਾਂ ਬੰਦਾ ਇੱਕ ਰੋਟੀ ਜਿਹੜਾ ਥੋੜ੍ਹੀ ਖਾਂਦਾ ਤਾਂ ਬਹੁਤੀ ਖਾ ਲਏ ਤਾਂ ਬਿਮਾਰ ਹੋ ਗਿਆ। ਇਹ ਗੱਲ ਡੰਗਰ ਦਾ ਹਿਸਾਬ ਹੈ, ਠੀਕ ਹੈ, ਜਿੰਨਾ ਕੋਈ ਉਹ ਬਰਦਾਸ਼ਤ ਕਰ ਸਕੇ ਉਹਨਾਂ। ਠੀਕ ਹੈ, ਅੱਛਾ, ਇਹਦੇ ਤੁਸੀਂ ਸਾਨੂੰ ਪਲਾਨ ਬਣਾ ਦਿੱਤਾ ਕਿ ਅਗਰ ਕਿਸੇ ਬੰਦੇ ਨੇ ਬਾਹਰ ਜਾਣਾ, ਬਾਹਰ ਜਾਣ ਦੀ ਬਜਾਏ 5 ਜਾਨਵਰ ਖਰੀਦ ਕੇ ਕਾਰੋਬਾਰ ਸ਼ੁਰੂ ਕਰੇ। ਹਾਂਜੀ, ਅਸੀਂ ਹੁਣ ਪੁੱਛਣਾ ਚਾਹਾਂਗੇ ਕਿ ਕਿਸ ਕਿਸਮ ਦੇ ਮੁੰਡੇ ਕਾਰੋਬਾਰ ਕਰ ਸਕਦੇ ਨੇ? ਕਿਆ ਕੋਈ ਵੀ ਅਨਟ੍ਰੇਨਡ ਮੁੰਡਾ ਜਿਹਨੇ ਇਹ ਕੰਮ ਪਹਿਲੇ ਨਹੀਂ ਕੀਤਾ ਉਹ ਡੇਰੀ ਫਾਰਮਿੰਗ ਦਾ ਕੰਮ ਕਰ ਸਕਦਾ? ਸਾਰਾ ਮਸਲਾ ਇਹ ਹੈ ਨਾ ਕਿ ਬੰਦਾ ਜਿੰਨਾ ਚਿਰ ਵਿੱਚ ਪਾਣੀ ਦੇ ਵੜੇਗਾ ਨਾ, ਉਹਨੂੰ ਪਤਾ ਕਿਵੇਂ ਚੱਲੇਗਾ ਕਿ ਕਿੰਨੀ ਕੁ ਗਹਿਰਾਈ ਹੈ ਅਤੇ ਕਿੰਨੀ ਕੁ ਨਹੀਂ। ਠੀਕ ਹੈ, ਜਿੰਨਾ ਚਿਰ ਕਿਸ ਕੰਮ 'ਚ ਬੰਦਾ ਵੜਦਾ ਨਹੀਂ, ਹਾਂ, ਉਹਨਾਂ ਚਿਰ ਤਾਂ ਨਹੀਂ ਉਹਨੂੰ ਪਤਾ ਚੱਲ ਸਕਦਾ। ਕੰਮ ਸ਼ੁਰੂ ਕਰੇਗਾ ਅਤੇ ਜਿਹੜਾ ਨੂੰ ਪਤਾ ਚੱਲੇਗਾ ਕਿ ਅੱਗੇ ਬੰਦਾ ਚੱਲ ਸਕਦਾ ਨਹੀਂ ਚੱਲ ਸਕਦਾ। ਅਕਸਰ ਬੰਦੇ ਕੰਮ ਕਰਦੇ ਨੇ, ਮੁਸ਼ਕਲ ਪੈਦਾ ਤਾਂ ਆਉਂਦੀ ਹੈ ਨਾ ਜਦੋਂ ਬੰਦਾ ਸ਼ੁਰੂ ਤੋਂ ਕਰਦਾ। ਠੀਕ ਹੈ, ਅਤੇ ਆਸਾਨੀ ਵੀ ਉਹ ਹੀ ਪੈਦਾ ਕਰਦਾ। ਠੀਕ ਹੈ, ਯਾਨੀ ਕੰਮ 'ਚ ਪੈਣ ਦੇ ਤਾਂ ਫਿਰ ਹੀ ਪਤਾ ਚੱਲਦਾ, ਫਿਰ ਹੀ ਪਤਾ ਚੱਲ ਸਕਦਾ, ਲੇਕਿਨ ਪੈ ਜਾਣਾ ਚਾਹੀਦਾ। ਪੈ ਜਾਣਾ ਚਾਹੀਦਾ, ਇਹ ਫਿਰ ਬਾਅਦ 'ਚ ਹੀ ਕੰਮ ਹੈ, ਆਪਣਾ ਕੰਮ ਹੈ, ਕੋਈ ਇਹਦੇ ਵਿੱਚ ਇਹ ਨਹੀਂ ਟੈਨਸ਼ਨ ਕੋਈ, ਕੋਈ ਉੱਠ ਕੇ ਨਹੀਂ ਕਹੇਗਾ ਕਿ ਤੂੰ ਇੰਝ ਕਰ ਜਾਂ ਉਂਝ ਕਰ। ਜਦੋਂ ਇੱਕ ਆਪਣਾ ਬੰਦਾ ਆਪਣੇ ਬਾਲ ਬੱਚੇ ਨੇ ਕਿੰਨਾ ਕਰਦਾ ਸਰ, ਕੀ ਉੱਠ ਕੇ ਜਾਂਦਾ ਉਹਨੇ ਕਮਾਉਣ ਵਾਸਤੇ, ਉਹ ਹਿਸਾਬ ਇਹਨਾਂ ਦਾ ਜੀ। ਇਹਨਾਂ ਨੂੰ ਵੀ ਉਸੇ ਤਰ੍ਹਾਂ ਪਾਲਣਾ ਪੈਂਦਾ ਜਿਸ ਤਰ੍ਹਾਂ ਇੱਕ ਘਰ ਦਾ ਮਸਲਾ। ਠੀਕ ਹੈ, ਉਹ ਜਦੋਂ ਪੈਸੇ ਲਾਏ ਹੋਣ, ਮੈਂ 10-12 ਲੱਖ ਰੁਪਇਆ ਲਾਇਆ ਹੋਇਆ ਤੇ ਮੈਂ ਅੰਦਰ ਰਜਾਈ ਤਾਣ ਕੇ ਸੁੱਤਾ ਤਾਂ ਨਹੀਂ ਹੋਵਾਂਗਾ ਤੁਹਾਡੇ ਸਾਹਮਣੇ। ਹੁਣ ਮੈਂ ਪੱਠੇ ਵੱਢ ਕੇ ਆਇਆ, ਸਰਦੀ ਹੈ, ਸਾਰੇ ਲੋਕ ਕੋਈ ਬਿਸਤਰਾ 'ਚ ਬੜੇ ਨੇ, ਕੋਈ ਕੁਝ ਕੀਤਾ, ਮੈਂ ਤੁਹਾਡੇ ਸਾਹਮਣੇ ਆ ਦਾਤਰ ਲਾਇਆ ਗੱਲ ਦੇ ਉੱਤੇ, ਮੈਂ ਕਿਹਾ ਕਿ ਮੈਂ ਪਹਿਲਾਂ ਪੱਠੇ ਵੱਢ ਕੇ ਆਵਾਂ। ਨੌਜਵਾਨ ਇਕੱਲਾ ਬੰਦਾ ਜਿਹਨੇ 5 ਮੱਝਾਂ ਰੱਖੀਆਂ ਨੇ, ਇਕੱਲਾ ਬੰਦਾ ਉਹ ਸਾਰਾ ਮੈਨੇਜ ਕਰ ਸਕਦਾ? ਇਕੱਲਾ ਬੰਦਾ ਨਹੀਂ ਕਰ ਸਕਦਾ, ਜੋ ਨਾਲ ਬੰਦਾ ਰੱਖ ਲੇ, ਜਾਂ ਉਹ ਘਰ ਦਾ ਛੋਟਾ ਮੋਟਾ ਬੱਚਾ ਹੋਏ, ਜਿਵੇਂ ਮੇਰਾ ਹੁਣ ਬੱਚਾ ਨਾਲ ਤੇ ਮੇਰਾ ਕੰਮ ਚੱਲ ਜਾਂਦਾ। ਅੱਛਾ, ਸੁੱਕੇ ਲੈ ਆਇਆ, ਮੈਂ ਗਿੱਲੇ ਵੱਢ ਆਇਆ, ਯਾਨੀ ਬੰਦਾ ਨਾਲ ਜ਼ਰੂਰੀ ਹੈ। ਹਾਂਜੀ, ਜਾਨਵਰ ਭਾਵੇਂ ਥੋੜੇ ਨੇ ਭਾਵੇਂ ਜ਼ਿਆਦਾ, ਮੇਰੀ ਗੱਲ ਸੁਣ, ਫਿਰ ਉਹ ਤੇ ਕੰਮ ਜਿਹੜਾ ਭਾਰਾ ਜੇ ਇਕੱਲੇ ਬੰਦੇ ਨਾਲ ਦੌੜ ਜ਼ਿਆਦਾ ਹੋ ਜਾਂਦੀ ਹੈ। ਅੱਛਾ, ਉਹ ਬੜੀ ਭਾਰੀ ਥੋੜਾ ਜਿਹਾ ਚੱਲੇਗਾ, ਇਹੀ ਹੈ ਨਾ ਤਕਲੀਫ ਜੀ ਕਰਨੀ ਪੈਂਦੀ ਹੈ। ਠੀਕ ਹੈ, ਯਾਨੀ ਮੈਂ ਤੁਹਾਡੀ ਗੱਲਾਂ ਤੋਂ ਅਹਿਸ ਕਰ ਰਿਹਾ ਕਿ ਇਹ ਇੱਕ ਕਾਰੋਬਾਰ ਹੈ ਵੇ, ਲੇਕਿਨ ਇਬਤਦਾਈ ਤੌਰ ਤੇ ਤੁਹਾਨੂੰ ਕੁਝ ਅਖਰਾਜਾਤ ਕਰਨੇ ਪੈਣਗੇ। ਠੀਕ ਹੈ, ਹੁਣ ਕਈ ਲੋਕ ਉਹ ਨੇ ਜਿਹੜੇ 2-2 ਡਿਊਟੀਆਂ ਕਰਦੇ ਨੇ ਆਪਣੇ ਹਾਲਾਤ ਵਾਸਤੇ, ਕਈ ਜਿਹੜੇ ਨੇ ਇੱਕ ਤੋਂ ਵੀ ਤੰਗ ਹੁੰਦੇ ਨੇ, ਗਲਤ ਉਹ ਹੀ ਹੈ ਨਾ। ਠੀਕ ਹੈ, ਜ਼ਬਰਦਸਤ। ਅੱਛਾ, ਇਸ ਕਾਰੋਬਾਰ 'ਚ ਜਿਹੜੇ ਬੰਦੇ ਨੇ 10-12 ਲੱਖ ਲਾ ਲੈਣਾ, ਹਾਂਜੀ, ਉਹਦੇ ਨੁਕਸਾਨ ਹੋਣ ਦੇ ਕਿੰਨੇ ਚਾਂਸਿਸ ਨੇ? ਸਰ, ਨੁਕਸਾਨ ਔਰ ਫਾਇਦਾ ਅੱਲਾਹ ਪਾਕ ਕੇ ਪਾਸ ਹੈ। ਬਿਲਕੁਲ ਸਹੀ, ਬੰਦੇ ਕੇ ਪਾਸ ਕੁਛ ਵੀ ਨਹੀਂ। ਬੰਦਾ, ਹਰ ਬੰਦਾ, ਮੈਂ ਕੀ, ਆਪ ਕੀ, ਜਾਂ ਹੋਰ ਵੀ ਕੋਈ ਕਾਲਾ ਚਿੱਟਾ ਅਗਾਂ ਨੂੰ ਹੱਥ ਮਾਰਦੇ ਨੇ, ਪਿਛਲੇ ਪਾਸੇ ਨੂੰ ਜਾਣ ਵਾਸਤੇ ਕੋਈ ਬੰਦਾ ਨਹੀਂ ਤਿਆਰ। ਬਿਲਕੁਲ ਐਸਾ ਹੀ, ਅਤੇ ਅੱਲਾਹ ਨੂੰ ਯਾਦ ਰੱਖ ਕੇ, ਅੱਲਾਹ ਤਾਲਾ ਦੇ ਜਿਹੜਾ ਨਾ ਭਰੋਸਾ ਰੱਖ ਕੇ ਕੰਮ ਕਰਨਾ ਚਾਹੀਦਾ। ਅੱਗੋਂ ਜਿਹੜਾ ਨਾ ਘਾਟਾ ਵਾਧਾ ਉਹਦੇ ਕੋਲ, ਬੰਦਾ ਆਖੇ ਨਾ ਮੈਂ ਬਹੁਤਾ ਹੁਸ਼ਿਆਰ ਚਲਾ ਕੇ ਬੋਲਣ ਨਾਲ ਜਾਂ ਉਸ ਤਰ੍ਹਾਂ ਹੋ ਜਾਵਾਂਗਾ, ਨਹੀਂ, ਉਹ ਜਦੋਂ ਉਹਨੂੰ ਮਨਜ਼ੂਰ ਹੋਣਾ ਹੋਣਾ ਉਹ ਹੀ ਹੈ। ਜ਼ਿੰਦਾਬਾਦ। ਮੈਂ ਇਹ ਪੁੱਛਣਾ ਚਾਹ ਰਿਹਾ ਕਿ ਦੁਨੀਆ ਦਾ ਕੋਈ ਐਸਾ ਕਾਰੋਬਾਰ ਨਹੀਂ ਜਿਹਦੇ ਵਿੱਚ ਨੁਕਸਾਨ ਜਾਂ ਫਾਇਦਾ ਨਾ ਹੋਏ, ਕੋਈ ਕੰਮ ਨਹੀਂ, ਲੇਕਿਨ ਇੱਕ ਬੰਦੇ ਨੂੰ ਜ਼ਿਹਨੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਇਹਦੇ ਵਿੱਚ ਕੁਝ ਮਸਾਇਲ ਵੀ ਹੈ। ਮਸਾਇਲ ਵੀ ਹੈ, ਉਹ ਕਿਹੜੇ ਕਿਹੜੇ ਮਸਾਇਲ ਨੇ ਕਿ ਕਿਹੜੀ ਕਿਹੜੀ ਚੀਜ਼ਾਂ ਨੂੰ ਖਿਆਲ ਰੱਖਣਾ ਚਾਹੀਦਾ? ਸਰ, ਇਹਨਾਂ ਦੇ ਪੱਠਿਆਂ ਦੇ ਖਿਆਲ ਹੋਣਾ ਚਾਹੀਦਾ, ਬੀਜਣਾ, ਵੱਢਣ ਵਾਸਤੇ ਬੀਜੇਗਾ ਤੇ ਵੱਢੇਗਾ, ਸਹੀ ਹੋ ਗਿਆ ਇਹਦੇ ਵਾਸਤੇ, ਇਹ ਕਿਉਂਕਿ ਜਗ੍ਹਾ ਹੋਣੀ ਚਾਹੀਦੀ ਹੈ, ਸਾਫ਼ ਸੁਥਰੀ ਜਗ੍ਹਾ। ਅੱਛਾ, ਜਿਹੜੇ ਬੰਦੇ ਦੀ ਜਗ੍ਹਾ ਆਪਣੀ ਨਹੀਂ ਪੱਠਿਆਂ ਵਾਸਤੇ, ਉਹਦੇ ਵਾਸਤੇ ਕਾਰੋਬਾਰ ਠੀਕ ਹੈ? ਉਹ ਸਾਰਾ ਠੇਕੇ 'ਤੇ ਲੈ ਲਏਗਾ, ਮੁੱਲ ਲੈ ਲਿਆ, ਪਰ ਉਹਨੂੰ ਉਹ ਹੀ ਹੈ, ਫਿਰ ਉਹਨੂੰ ਬੱਚਤ ਘੱਟ ਹੋਣੀ ਹੋਏਗੀ, ਮਸਲਾ ਤਾਂ ਇਹ ਹੋਏ ਨਹੀਂ। ਠੀਕ ਹੈ, ਤੁਸੀਂ ਕਿੰਨੇ ਕੁ ਜਾਨਵਰ ਰੱਖੇ ਨੇ? ਮੈਂ ਸਾਰੀ ਰੱਖੇ ਨੇ ਕੋਈ 7-8। ਅਤੇ ਤੁਹਾਡੇ ਤੁਸੀਂ ਕਿੰਨਾ ਚਾਰਾ ਕਾਸ਼ਤ ਕਰਦੇ ਹੋ? ਅਸੀਂ, ਮੈਂ 2 ਕਿਲੋ ਸ਼ਟਾਲਾ ਕਾਸ਼ਤ ਕੀਤਾ। ਠੀਕ ਹੈ, ਤੁਹਾਨੂੰ 7-8 'ਚੋਂ ਕੀ ਬੱਚਤ ਹੋ ਜਾਂਦੀ ਮਹੀਨੇ 'ਚ? ਮੈਨੂੰ ਅਲਹਮਦੁਲਿਲਾ ਸਾਹਿਬ, ਅੱਲਾਹ ਦਾ ਬੜਾ ਸ਼ੁਕਰ ਹੈ, 40-45 ਹਜ਼ਾਰ ਰੁਪਇਆ ਵੱਧ ਜਾਂਦਾ ਘਰ ਬਹਿ ਕੇ ਆਪਣੇ ਘਰ, ਮੇਰੇ ਨਾਲੇ 2-3 ਘਰ ਨੇ, ਨਾਲੇ ਦੁੱਧ ਪੀਂਦੇ ਨੇ, ਨਾਲੇ ਮੇਰੀ ਗੱਲ, ਮੇਰਾ ਵੀ ਆਪਣਾ ਮਸਲਾ ਸਿੱਧਾ। ਜ਼ਿੰਦਾਬਾਦ, ਠੀਕ ਹੋ ਗਿਆ। ਤਰਾਂ ਦੀ ਤੁਸੀਂ ਬਹੁਤ ਮੁਫੀਦ ਮਾਲੂਮਾਂ ਦਿੱਤੀਆਂ ਨੇ, ਆਖਰੀ ਕੋਈ ਸਦਕਾ ਜਾਰੀਆ ਤੌਰ 'ਤੇ ਐਸੀ ਗੱਲ, ਜਿਹੜੇ ਨੌਜਵਾਨ ਜਾਂ ਨਵਾਂ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ, ਉਹਨੂੰ ਕਿਹੜੀ ਗੁਰ ਦੀ ਗੱਲ ਜਾਂ ਅਹਿਮ ਗੱਲ ਦੱਸਣਾ ਚਾਹੋਗੇ? ਉਹਨੂੰ ਇਹ ਮਾਨਣਾ ਕਿ ਸਰ, ਉਹ ਥੋੜ੍ਹੇ ਕੰਮ ਤੋਂ ਸ਼ੁਰੂ ਕਰੇ, ਅਤੇ ਤਾਂ ਬਸ ਅੱਗੇ ਜਿਉਂ ਜਿਉਂ ਉਹ ਦੇਖੇਗਾ ਅਤੇ ਤੂੰ ਤੂੰ ਉਹ ਕੰਮ ਕਰੇ, ਇੱਕ ਯਕਦਮ ਕੰਮ ਕਰੇ ਉਹਦੇ ਵਿੱਚ, ਫਿਰ ਬੰਦੇ ਵਾਸਤੇ ਜਾਂ ਮੁਸ਼ਕਲ, ਪਿੱਛੇ ਆਉਣਾ ਵੀ ਮੁਸ਼ਕਲ ਹੋ ਜਾਂਦਾ। ਇੱਕ ਬੰਦਾ ਉਹ ਪਾਣੀ ਦੇ ਵਿੱਚ ਅੱਗੇ ਚਲਾ ਜਾਂਦਾ, ਉਹਦੇ ਵਾਸਤੇ ਪਿੱਛੇ ਆਉਣਾ ਵੀ ਮੁਸ਼ਕਲ ਹੋ ਜਾਂਦਾ, ਅੱਗੇ ਜਾਣਾ ਵੀ ਮੁਸ਼ਕਲ ਹੋ ਜਾਂਦਾ, ਉਹ ਵਿੱਚ ਇਹ ਨਾ ਹੋਏ ਕਿ ਵਿੱਚ ਵਿਚਕਾਰ ਆ ਕੇ ਡੁੱਬ ਜਾਏ। ਆਖਰੀ ਗੱਲ ਦੱਸੋ ਕਿ ਉਹਨੂੰ ਦੁੱਧ ਦੇਣ ਵਾਲੇ ਜਾਨਵਰ ਰੱਖਣੇ ਚਾਹੀਦੇ ਨੇ
ਯਾਨੀ ਉਹਦਾ ਤਰੀਕਾ ਘਰ ਅਲੱਗ ਹੋਏਗਾ, ਉਹਦਾ ਤਰੀਕਾ ਘਰ ਅਲੱਗ ਹੋਏਗਾ। ਬਹੁਤ ਸ਼ੁਕਰੀਆ ਚਾਚਾ, ਤੁਸੀਂ ਬੜੀ ਮੁਫੀਦ ਗੱਲਬਾਤ ਦੱਸੀ ਹੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਲਾਹ ਤਾਲਾ ਤੁਹਾਨੂੰ ਈਮਾਨ ਦੇ।